ਮੈਂ ਦੇਖੋ ਚੋਣ ਲੜ ਰਿਹਾ, ਮੇਰਾ ਐਲਾਨ ਆ। ਆਪਾਂ ਕਹਿੰਦੇ ਆ ਕੱਲਾ ਕੀ ਕਰ ਦੂਗਾ, ਤੇ ਭਵੰਤ ਕੱਲਾ ਹੀ ਐਮ ਪੀ ਬਣ ਕੇ ਜਾਂਦਾ ਰਿਹਾ। ਤਾਂ ਲੱਖਾ ਕਿਹੜੀ ਝੰਡੇਟ ਲੜੂਗਾ? ਇਹ ਪੰਜਾਬ ਜਾਓ ਯਾਤਰਾ ਨਹੀਂ, ਅਸਲ ਲੱਖਾ ਜਿਤਾਓ ਯਾਤਰਾ ਹੈ। ਕਹਿੰਦੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਦੇ ਕਰਕੇ ਕਹਿਣਾ ਕਿ ਕਦੇ ਲੱਖਾ ਪੰਜਾਬ ਨੂੰ ਪਿੱਠ ਨਾ ਦਿਖਾਈਏ ਤੇ ਨਾ ਦਿਖਾਓ। ਕੈਪਟਨ ਨੇ ਵੀ ਸੌਂਹ ਖਾਧੀ ਸੀ ਲੱਖੇ ਇੱਧਰ ਗੁਟਕਾ ਕਰ। ਅਸੀਂ ਤਾਂ ਜਿੱਦੇ ਦੇ ਤੁਰੇ ਹਾਂ ਘਰੋਂ ਤੁਰੇ ਹਾਂ, ਕੱਫਣ ਬੰਨ ਕੇ ਤੁਰੇ ਹਾਂ। ਜਿਨ੍ਹਾਂ ਨੇ ਪੰਜਾਬ ਨੂੰ ਲਾਂਬੂ ਲਾਏ, ਜਿਨ੍ਹਾਂ ਨੇ ਪੰਜਾਬ ਲੁੱਟਿਆ, ਜਿਨ੍ਹਾਂ ਨੇ ਪੰਜਾਬ ਉਜਾੜਿਆ, ਉਹ ਬਾਦਲ ਵੀ ਕਹਿੰਦੇ ਅਸੀਂ ਪੰਜਾਬ ਬਚਾਵਾਂਗੇ। ਪਹਿਲਾਂ ਵੀ ਜਿੰਨੇ ਬੰਦੇ ਇੱਥੇ ਪੰਜਾਬ ਨੂੰ ਬਚਾਉਣ ਲਈ ਤੁਰੇ ਆ, ਆਪਣੇ ਲੋਕਾਂ ਨੂੰ ਜਗਾਉਣ ਲਈ ਤੁਰੇ ਆ, ਉਹ ਬੰਦੇ ਜਾਂ ਇਹਨਾਂ ਨੇ ਮਰਵਾਏ ਆ ਜਾਂ ਜੇਲ੍ਹਾਂ 'ਚ ਬੰਦ ਕਰਾਇਆ। ਸੋ ਸਾਨੂੰ ਵੀ ਇਹ ਖਦਸ਼ਾ ਹੈਗਾ, ਇਸ ਚੀਜ਼ ਦਾ ਖਦਸ਼ਾ ਜਾਂ ਡਰ ਆ ਕਿ ਸਾਨੂੰ ਮਰਵਾ ਨਾ ਦੇਣ, ਜੇਲ੍ਹਾਂ ਦੇ ਵਿੱਚ ਨਾ ਸੁੱਟ ਦੇਣ। ਹੁਣ ਖਹਿਰੇ ਨੂੰ ਕਿੱਥੇ ਜੋੜਨ ਦੀ ਕੋਸ਼ਿਸ਼ ਕਰਿਆ? ਖਹਿਰੇ ਨੂੰ ਜੋੜਨ ਦੀ ਕੋਸ਼ਿਸ਼ ਕਰਿਆ ਗੈਂਗਸਟਰਾਂ ਦੇ ਨਾਲ। ਇਹ ਯਾਰ, ਇਹ ਮੈਂ ਪੁੱਛਣਾ ਚਾਹੁੰਦਾ ਭਵੰਸਿਓ ਮਾਨ ਨੂੰ ਵੀ ਤੂੰ ਸਦਾ ਬੈਠਾ ਰਹੇਗਾ? ਇੰਨਾ ਧੱਕਾ ਯਾਰ, ਇੰਨਾ ਜ਼ੁਲਮ। ਸਾਰੇ ਅੰਦਰ ਖਾਤੇ ਜਿਹੜੇ ਬੋਲਣ ਵਾਲੇ ਆਪਣੇ ਆਪ ਨੂੰ ਖੱਬੀ ਖਾਨ ਕਹਾਉਂਦੇ ਸੀ, ਚੁੱਪ ਕਰ ਗਏ ਸਮਝੌਤੇ ਕਰਕੇ। ਚੋਰ ਨੇ ਕਾਂਗਰਸੀ, ਇਹਨਾਂ ਨੇ ਲੁੱਟ ਕੇ ਖਾ ਲਿਆ ਪੰਜਾਬ, ਇਹੀ ਕਹਿਣਾ ਹੁੰਦਾ ਸੀ ਨਾ। ਅੱਜ ਚੋਰਾਂ ਨਾਲ ਯਾਰੀ ਪਾ ਲਈ, ਅੱਜ ਉਹ ਸਾਧ ਹੋ ਗਏ। ਕਿੱਥੇ ਗਾ ਰਾਜੇ ਪੜਿੰਗ ਦੀਆਂ ਫਾਈਲਾਂ ਖੋਲ੍ਹਣ ਵਾਲੀ ਗੱਲ ਕਰਦਾ ਹੁੰਦਾ ਸੀਗਾ। ਉਹਨਾਂ ਨੂੰ ਕਹਿੰਦੇ ਆ ਕਿ ਅਸੀਂ ਤੁਹਾਨੂੰ ਇਨਸਾਫ਼ ਦਿਵਾਵਾਂਗੇ, ਸਾਡੀ ਸਰਕਾਰ ਆ ਜਾਣ ਦਿਓ। ਗਦਾਰੋ, ਲਾਂਤੀ ਹੋ, ਭਾਈ ਕਿਉਂਕਿ ਦੀ ਰਿਪੋਰਟ ਦੱਬੀ ਕੀ ਨੇ? ਉਹ ਜਿੰਨੇ ਇੱਥੇ ਸਾਡੀ ਜਵਾਨੀ ਦੇ ਕਾਤਲ ਸੀ ਬੁੱਚੜ, ਸਾਰਿਆਂ ਨੂੰ ਤੁਸੀਂ ਅਹੁਦੇ ਦਿੱਤੇ ਆ। ਅਸੀਂ ਟਰਾਲੀਆਂ ਲੈ ਕੇ ਆ ਉਹਦੀਆਂ, ਵਿੱਚ ਹੀ ਰਾਸ਼ਨ ਆ ਸਾਡੇ ਕੋਲ, ਵਿੱਚ ਹੀ ਸਾਡੇ ਕੋਲ ਚੁੱਲ੍ਹੇ ਆ, ਵਿੱਚ ਹੀ ਸਾਡੀਆਂ ਰਜਾਈਆਂ, ਵਿੱਚ ਹੀ ਗੱਦੇ ਆ, ਵਿੱਚ ਹੀ ਜਿੱਥੇ ਰਾਤ ਪੈ ਜਾ ਰੁਕ ਜਾ ਕਰਾਂਗੇ, ਅਗਲੀ ਸਵੇਰ ਫਿਰ ਤੁਰ ਪਿਆ ਕਰਾਂਗੇ। ਐਂ ਪਿੰਡ ਤੋਂ ਪਿੰਡ, ਪਿੰਡ ਤੋਂ ਪਿੰਡ, ਪਿੰਡ ਤੋਂ ਪਿੰਡ, ਪੂਰੇ ਪਿੰਡਾਂ 'ਚ ਜਾਣਾ। ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਪੰਜਾਬ ਪੰਜਾਬੀਅਤ ਬਚਾਓ ਯਾਤਰਾ ਲੈ ਕੇ ਲੱਖਾ ਸਿੰਘ ਸਧਾਣਾ ਜਿਹੜੇ ਨੇ ਅੱਜ ਸ਼ੁਰੂਆਤ ਕਰ ਰਹੇ ਨੇ। ਲੱਖੇ, ਪਹਿਲਾਂ ਤਾਂ ਯਾਤਰਾ ਬਾਰੇ ਦੱਸ ਦਿਓ, ਪੰਜਾਬ ਪੰਜਾਬੀਅਤ ਬਚਾਓ ਯਾਤਰਾ ਕੀ ਹੈ? ਇਸ ਯਾਤਰਾ ਦਾ ਜਿਹੜਾ ਮਕਸਦ ਆ, ਜਿਸ ਤਰ੍ਹਾਂ ਪੰਜਾਬ ਚਾਰ ਚੁਫੇਰੋਂ ਅਨੇਕਾਂ ਹੀ ਸਮੱਸਿਆਵਾਂ ਨਾਲ ਘਿਰਿਆ ਹੋਇਆ, ਨਸ਼ਾ ਬਹੁਤ ਵੱਡਾ ਮੁੱਦਾ ਜਿਹਦੇ ਨਾਲ ਰੋਜ਼ ਸਾਡੇ ਨੌਜਵਾਨ ਮਰ ਰਹੇ ਨੇ। ਕੱਲ੍ਹ ਦੀ ਘਟਨਾ ਤੁਸੀਂ ਦੇਖੋ, ਝੋਟੇ ਵਰਗਿਆਂ ਨੇ ਕਿੰਨੇ ਹਜ਼ਾਰਾਂ ਹੀ ਕੈਪਸੂਲ ਫੜੇ ਨੇ। ਰੋਜ਼ ਆਪਾਂ ਪੜ੍ਹਦੇ ਹਾਂ ਅਖਬਾਰਾਂ ਦੇ ਵਿੱਚ, ਰੋਜ਼ ਵੀਡੀਓ ਆਉਂਦੀਆਂ ਵੀ ਲਗਾਤਾਰ ਜਿਹੜਾ ਉਹ 15-15, 20-20 ਸਾਲ ਦੇ ਸਾਡੇ ਨੌਜਵਾਨ ਮਰ ਰਹੇ ਆ। ਮਾਵਾਂ ਬਿਲਕਦੀਆਂ ਨੇ, ਬੁਰਾ ਹਾਲ ਹੈ, ਜਵਾਨੀ ਪ੍ਰਵਾਸ ਕਰ ਰਹੀ ਹੈ, ਪੰਜਾਬ ਖਾਲੀ ਹੋ ਰਿਹਾ, ਪਾਣੀ ਸਾਡੇ ਧਰਤੀ ਹੇਠੋਂ ਸੁੱਕ ਰਹੇ ਨੇ, ਧਰਤੀ ਬੰਜਰ ਹੋਣ ਵੱਲ ਵੱਧ ਰਹੀ ਹੈ, ਸਾਡੇ ਪਾਣੀ ਖੋਹ ਕੇ ਦੂਜੇ ਸੂਬਿਆਂ ਨੂੰ ਦਿੱਤੇ ਜਾ ਰਹੇ ਨੇ, ਸਾਡੀ ਬੋਲੀ ਨੂੰ ਮਾਰਿਆ ਜਾ ਰਿਹਾ, ਸਾਡੇ ਇਤਿਹਾਸ ਨੂੰ ਵਿਗਾੜਿਆ ਜਾ ਰਿਹਾ। ਇਹ ਉਹ ਸਾਰੀਆਂ ਸਮੱਸਿਆਵਾਂ ਨੇ ਜਿਨ੍ਹਾਂ ਦੇ ਉੱਤੇ ਸਾਨੂੰ ਅੱਜ ਵਿਚਾਰ ਕਰਨ ਦੀ ਲੋੜ ਹੈ, ਸਾਨੂੰ ਸੰਵਾਦ ਰਚਾਉਣ ਦੀ ਲੋੜ ਹੈ ਲੋਕਾਂ ਨਾਲ ਜਾ ਕੇ। ਤਾਂ ਅਸੀਂ ਤੁਰੇ ਹਾਂ ਵੀ ਇਹਦਾ ਹੱਲ ਜਿਹੜਾ ਮਸਲੇ ਦਾ ਉਹ ਲੋਕਾਂ 'ਚ ਪਿਆ, ਲੋਕਾਂ ਕੋਲੇ ਪਿਆ। ਆਪਾਂ ਤਜਰਬੇ ਕਰਕੇ ਤਾਂ ਬਹੁਤ ਦੇਖ ਲਏ, ਸਰਕਾਰਾਂ ਬਦਲ ਕੇ ਤਾਂ ਬਹੁਤ ਦੇਖ ਲਈਆਂ, ਬਾਦਲ ਵੀ ਦੇਖ ਲਏ, ਕਾਂਗਰਸੀ ਵੀ ਦੇਖ ਲਏ, ਇਨਕਲਾਬ ਵਾਲੇ ਵੀ ਦੇਖ ਲਏ, ਹੁਣ ਤਾਂ ਲੋਕ ਕੀ ਹੱਲ ਕਰਨਗੇ? ਹੁਣ ਮੈਂ ਤੁਹਾਨੂੰ ਗੱਲ ਉਦਾਹਰਣ ਦਿੰਦਾ। ਮੰਨ ਲਓ ਬੋਲੀ ਸਾਡੀ ਸਕੂਲਾਂ 'ਚ ਮਾਰੀ ਜਾ ਰਹੀ ਆ, ਸਰਵ ਹਿਤਕਾਰੀ ਸਕੂਲ 'ਚ ਰੌਲਾ ਪਿਆ। ਅਸੀਂ ਗਏ, ਅਸੀਂ DC ਦੇ ਬਠਿੰਡੇ ਦਰਖਾਸਤ ਅਰਜੀ ਦਿੱਤੀ, ਉਹਨਾਂ ਨੇ DO ਦੀ ਡਿਊਟੀ ਲਾਈ, DO ਦੀ ਡਿਊਟੀ ਲੱਗੀ, ਉਹਨਾਂ ਨੇ 4 ਮੈਂਬਰੀ ਇੱਕ ਟੀਮ ਬਣਾਈ, ਟੀਮ ਨੇ ਪੜਤਾਲ ਜਿਹੜੀ ਕੀਤੀ, ਉੱਥੇ ਜਿਹੜੇ ਲੋਕ ਸੀਗੇ ਉਹ ਬਿਆਨ ਹੀ ਲਿਖਾਉਣ ਆਏ। ਉੱਥੇ ਕਿੰਨੇ ਕੁ ਲੋਕ ਨੇ ਜਿਹੜੇ ਆਪਣੇ ਜਵਾਕਾਂ ਮਗਰ ਜਾ ਕੇ ਸਕੂਲਾਂ 'ਚ ਪਤਾ ਕਰਦੇ ਆ। ਸੋ ਸਾਡਾ ਇਹ ਉਹ ਸਾਰੀਆਂ ਗੱਲਾਂ ਕਰਨ ਦਾ ਮਕਸਦ ਆ ਲੋਕਾਂ ਨਾਲ ਜਾ ਕੇ ਵੀ ਯਾਰ ਅਸੀਂ ਤੁਹਾਨੂੰ ਖੁਦ ਨੂੰ ਉੱਠਣਾ ਪੈਣਾ। ਹੁਣ ਜਿਵੇਂ ਕਿਸੇ ਨੇ ਕਈ ਕਵੀ ਨੇ ਲਿਖਿਆ ਸੀ ਕਿ ਲੱਗੀ ਨਜ਼ਰ ਪੰਜਾਬ ਨੂੰ ਇਹਦੇ ਸਿਰ ਤੋਂ ਮਿਰਚਾਂ ਵਾਰੋ। ਹੁਣ ਇਕੱਲੀਆਂ ਮਿਰਚਾਂ ਵਾਰਨ ਨਾਲ ਗੱਲ ਨਹੀਂ ਬਣਨੀ, ਹੁਣ ਹਰ ਬੰਦੇ ਨੂੰ, ਹਰ ਪੰਜਾਬੀ ਨੂੰ ਅਸੀਂ ਜਗਾਉਣ ਦੀ ਕੋਸ਼ਿਸ਼ ਕਰਾਂਗੇ, ਹਰ ਮਾਂ ਹਰ ਭੈਣ ਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਜ਼ਿੰਮੇਵਾਰੀ ਤੁਹਾਡੇ ਧੀਆਂ ਦੀ, ਤੁਹਾਡੇ ਪੁੱਤਰਾਂ ਦੀ, ਤੁਹਾਡੀਆਂ ਨਸਲਾਂ ਦੀ, ਤੁਹਾਡੀ ਧਰਤੀ ਪ੍ਰਤੀ ਤੁਹਾਡੀ ਆ।
ਇਹ ਨਿੱਜ ਪਿੱਛੇ ਨਾ ਭੱਜੇ ਫਿਰੋ ਵੀ ਆਹ ਨਿੱਜ ਪ੍ਰਾਪਤ ਕਰ ਲਿਆ, ਉਹ ਲਾਲਚ ਪਿੱਛੇ, ਉਹਦੇ ਪਿੱਛੇ ਲੱਗ ਗਏ, ਇਹਦੇ ਪਿੱਛੇ ਲੱਗ ਗਏ। ਇਹ ਹੁਣ ਤੁਸੀਂ ਆਪ ਸੋਚਣਾ ਕਿ ਆਉਣ ਵਾਲਾ ਸਮਾਂ ਪੰਜਾਬ ਲਈ ਕਿੰਨਾ ਮਾੜਾ, ਅਤੇ ਇਸ ਲਈ ਪੰਜਾਬ ਦੇ ਵਿੱਚ ਆਪਾਂ ਨੂੰ ਇਕੱਠੇ ਹੋ ਕੇ ਸਿਰ ਜੋੜ ਕੇ ਅਤੇ ਇਹਨਾਂ ਸਮੱਸਿਆਵਾਂ ਦਾ ਹੱਲ ਕਰਨਾ। ਸ਼੍ਰੋਮਣੀ ਅਕਾਲੀ ਦਲ ਕਹਿੰਦੀ ਆ ਕਿ ਪੰਜਾਬ ਬਚਾਓ ਯਾਤਰਾ ਤਾਂ ਅਸੀਂ ਵੀ ਕੱਢ ਰਹੇ ਹਾਂ, ਪੰਜਾਬ ਨੂੰ ਅਸੀਂ ਵੀ ਬਚਾਉਣਾ, ਦੂਜੇ ਪਾਸੇ ਤੁਸੀਂ ਪੰਜਾਬ ਬਚਾਓ ਯਾਤਰਾ ਕੱਢ ਰਹੇ, ਪਰ ਫਰਕ ਕੀ ਰਿਹਾ ਦੋਨਾਂ ਦੇ ਵਿੱਚ? ਉਹ ਕਹਿੰਦੇ ਅਸੀਂ ਪੰਜਾਬੀਅਤ ਦੇ ਲਈ ਲੜਨਾ, ਅਸੀਂ ਪੰਜਾਬ ਦੇ ਲਈ ਲੜਨਾ, ਤੁਸੀਂ ਕਹਿੰਦੇ ਮੈਂ ਵੀ ਪੰਜਾਬ ਦੇ ਲਈ ਲੜਨਾ। ਦੋਨੇ ਪੰਜਾਬ ਬਚਾਉਣ ਲਈ ਤੁਰੇ ਹੋ ਤੁਸੀਂ? ਨਹੀਂ, ਅਸੀਂ ਤਾਂ ਤੁਰੇ ਹਾਂ, ਅਸੀਂ ਤਾਂ ਜਿੱਦਾਂ ਤੁਰੇ ਹਾਂ ਘਰੋਂ ਤੁਰੇ ਹਾਂ, ਕੱਫਣ ਬੰਨ ਕੇ ਤੁਰੇ ਹਾਂ। ਜਿਨ੍ਹਾਂ ਨੇ ਪੰਜਾਬ ਨੂੰ ਲਾਂਬੂ ਲਾਏ, ਜਿਨ੍ਹਾਂ ਨੇ ਪੰਜਾਬ ਲੁੱਟਿਆ, ਜਿਨ੍ਹਾਂ ਨੇ ਪੰਜਾਬ ਉਜਾੜਿਆ, ਉਹ ਬਾਦਲ ਵੀ ਕਹਿੰਦੇ ਅਸੀਂ ਪੰਜਾਬ ਬਚਾਵਾਂਗੇ। ਤੁਹਾਡੀ ਉਦੋਂ ਪਹਿਲਾਂ ਕਿੰਨੇ ਸਾਲ ਸਰਕਾਰ ਰਹੀ ਹੈ? 10 ਸਾਲ ਤਾਂ ਇਕੱਠੇ ਹੀ ਰਹਿ ਗਏ, 97 ਤੋਂ ਲੈ ਕੇ, ਜੇ ਆਪਾਂ ਪਿਛਲੇ ਛੱਡ ਦਈਏ ਗੱਲਬਾਤ, 97 ਤੋਂ ਲੈ ਕੇ 15 ਸਾਲ ਰਾਜ ਤੁਸੀਂ ਕੀਤਾ ਪੰਜਾਬ 'ਚ, ਉਦੋਂ ਪੰਜਾਬ ਬਚਾਉਣ ਵਾਲੇ ਕਿੱਥੇ ਸੀ? ਹੁਣ ਬੜੀ ਦੇਖੋ ਕਿੱਡਾ ਸਾਡਾ ਦੁਖਾਂਤ ਹੈ। ਇੱਥੇ ਕੱਲ੍ਹ ਸੁਖਬੀਰ ਸਿੰਘ ਬਾਦਲ ਜਥੇਦਾਰ ਕੌਂਕੇ ਦੇ ਘਰੇ ਜਾਂਦੇ ਆ, ਉਹਨਾਂ ਦੀ ਧਰਮ ਪਤਨੀ ਤਾਂ ਉਹਦੇ ਪੁੱਤਰ ਨੂੰ ਮਿਲਦੇ ਆ, ਉਹਨਾਂ ਨੂੰ ਕਹਿੰਦੇ ਆ ਕਿ ਅਸੀਂ ਤੁਹਾਨੂੰ ਇਨਸਾਫ ਦਿਵਾਵਾਂਗੇ, ਸਾਡੀ ਸਰਕਾਰ ਆ ਜਾਣ ਦਿਓ, ਅਸੀਂ ਇਹ ਸਾਰੇ ਬੰਦੇ ਕਟਹਿਰੇ 'ਚ ਖੜ੍ਹੇ ਕਰਾਂਗੇ। ਵੀ ਪੁੱਛਣ ਵਾਲਾ ਹੋਵੋ, ਗਦਾਰੋ, ਲਾਣਤੀ ਹੋ, ਭਾਈ ਕੌਂਕੇ ਦੀ ਰਿਪੋਰਟ ਦੱਬੀ ਕੀ ਨੇ? ਤੁਹਾਡਾ ਬਾਪ 15 ਸਾਲ ਪ੍ਰਕਾਸ਼ ਸਿੰਘ ਬਾਦਲ ਭਾਈ ਪੰਜਾਬ ਦਾ ਮੁੱਖ ਮੰਤਰੀ ਰਿਹਾ, ਸੁਖਬੀਰ ਸਿੰਘ ਬਾਦਲ 8 ਸਾਲ ਗ੍ਰਹਿ ਮੰਤਰੀ ਰਿਹਾ, ਅਤੇ ਰਿਪੋਰਟ ਦੱਬੀ ਕੀ ਨੇ? ਉਹਨਾਂ ਨੂੰ ਅਹੁਦੇ ਕੀ ਨੇ ਬਖਸ਼ੇ? ਉਹਨਾਂ ਨੂੰ ਜੇਲ੍ਹਾਂ ਤੋਂ ਬਚਾਇਆ ਕੀ ਨੇ? ਉਹਨਾਂ ਨੂੰ DGP ਕਿਹਨੇ ਲਾਇਆ? ਸੈਣੀ ਵਰਗ ਨੂੰ, ਜਹਾਲਾ ਵਰਗਾਂ ਨੂੰ ਟਿਕਟਾਂ ਦੇ ਕਿਹਨੇ ਨਮਾਜਿਆ? ਕਿਹਨੇ ਮੰਤਰੀ ਬਣਾਇਆ? ਉਹ ਜਿੰਨੇ ਇੱਥੇ ਸਾਡੀ ਜਵਾਨੀ ਦੇ ਕਾਤਲ ਸੀ ਬੁੱਚੜ, ਸਾਰਿਆਂ ਨੂੰ ਤੁਸੀਂ ਅਹੁਦੇ ਦਿੱਤੇ ਆ, ਮੰਤਰੀ ਬਣਾਇਆ, MLA ਬਣਾਇਆ, DGP ਲਾਇਆ, SSP ਲਾਇਆ, ਉਹਨਾਂ ਨੂੰ ਬਚਾਇਆ ਜੇਲ੍ਹਾਂ ਜਾਣ ਤੋਂ, ਅੱਜ ਤੁਸੀਂ ਕਹਿੰਦੇ ਕਿ ਇਨਸਾਫ ਦਿਵਾਵਾਂਗੇ, ਸਾਨੂੰ ਦੁਬਾਰੇ ਲੈ ਕੇ ਆਓ? ਯਾਨੀ ਕਹਾਣੀ ਬੜੀ ਸਾਫ਼ ਹੈ ਵੀ ਇੱਕ ਵਾਰੀ ਸੱਤਾ 'ਚ ਲਿਆਓ, ਜਿਹੜਾ ਮਾੜਾ ਮੋਟਾ ਰਹਿ ਗਿਆ ਪੰਜਾਬ, ਉਹ ਵੀ ਅਸੀਂ ਹੂੰਝ ਦੇਣਾ, ਖਤਮ ਕਰ ਦੇਣਾ। ਸੋ ਇਹ ਸਾਡਾ ਦੁਖਾਂਤ ਆ, ਪਰ ਮੈਂ ਇਹ ਗੱਲ ਪੁੱਛਣੀ ਲੋਕਾਂ ਨੂੰ ਚਾਹੁੰਦਾ, ਉਹਨਾਂ ਨੇ ਕਰਨਾ ਹੀ ਕਰਨਾ, ਤੁਸੀਂ ਕੀ ਕਰ ਰਹੇ ਹੋ? ਪੰਜਾਬ ਦੇ ਲੋਕ ਕੀ ਕਰ ਰਹੇ ਆ? ਪੰਜਾਬ ਦੇ ਲੋਕ ਕੀ ਇਹ ਸਵਾਲ ਉਹਨਾਂ ਲੋਕਾਂ ਨੂੰ ਪੁੱਛਣਗੇ? ਹੁਣ ਆ ਦੂਜੇ ਪਾਸੇ ਭਵਨ ਸਿੰਘ ਕਹਿੰਦਾ ਹੁੰਦਾ ਸੀਗਾ ਜੀ, ਦੇਖੋ ਜੀ ਇਹ ਤਾਂ ਆਪਣਾ ਚੋਰ ਨੇ ਕਾਂਗਰਸੀ, ਇਹਨਾਂ ਨੇ ਲੁੱਟ ਕੇ ਖਾ ਲਿਆ ਪੰਜਾਬ, ਇਹੀ ਕਹਿੰਦਾ ਹੁੰਦਾ ਸੀ ਨਾ। ਅੱਜ ਚੋਰਾਂ ਨਾਲ ਯਾਰੀ ਪਾ ਲਈ, ਅੱਜ ਉਹ ਸਾਧ ਹੋ ਗਏ, ਕਿੱਥੇ ਗਾਂ ਰਾਜੇ ਬੜਿੰਗ ਦੀਆਂ ਫਾਈਲਾਂ ਖੋਲ੍ਹਣ ਵਾਲੀ ਗੱਲ ਕਰਦਾ ਹੁੰਦਾ ਸੀਗਾ, ਕਿਉਂਕਿ ਅੱਜ ਹੁਣ ਗੱਠਜੋੜ ਹੋ ਗਿਆ, ਹੁਣ ਇਕੱਠੇ ਚੋਣਾਂ ਲੜਨਗੇ। ਹੁਣ ਬਹਾਨਾ ਕੀ ਕਿ ਮੋਦੀ ਤੋਂ ਭਾਰਤ ਬਚਾਉਣਾ? ਜਾਣੀ ਹੁਣ ਇਹ ਸਵਾਲ ਬਣਦਾ ਕਿ ਨਹੀਂ ਬਣਦਾ? ਹੁਣ ਇਹ ਲੋਕਾਂ ਦੇ ਗੱਲ ਖੜੀ ਹੈ, ਤਾਂ ਲੋਕਾਂ ਨੂੰ ਜਗਾਉਣ ਚੱਲਿਆ ਵੀ ਜਦੋਂ ਪਿੰਡਾਂ 'ਚ ਬਣਨਗੇ ਸਵਾਲ ਕਰਿਓ। ਨਹੀਂ ਤੁਸੀਂ ਇਹ ਇੱਕ ਇਹ ਪੰਜਾਬ ਬਚਾਓ ਯਾਤਰਾ ਨਹੀਂ, ਅਸਲ ਲੱਖਾਂ ਜਿਤਾਓ ਯਾਤਰਾ ਹੈ ਕਹਿੰਦੇ, ਇਹ ਵੀ ਗੱਲ ਚੱਲਦੀ ਹੈ ਵੀ ਲੱਖਾਂ ਨੂੰ ਜਿਤਾਓ ਜਿਹੜੀ ਲੋਕ ਸਭਾ ਦੀ ਚੋਣ। ਲੱਖਾਂ ਪੰਜਾਬ ਲਈ ਜਿੰਦ ਜਾਨ ਦੇ ਸਕਦਾ, ਆ ਉਹ ਧਰਤੀ 'ਤੇ ਖੜ੍ਹ ਕੇ ਗੱਲ ਮੈਂ ਕਹਿਣਾ, 10ਵੇਂ ਪਾਤਸ਼ਾਹ ਦੀ ਚਰਨ ਛੋਹ ਪ੍ਰਾਪਤ ਧਰਤੀ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ 'ਤੇ ਕਰਕੇ ਕਹਿਣਾ ਕਿ ਕਦੇ ਲੱਖਾਂ ਪੰਜਾਬ ਨੂੰ ਪਿੱਠ ਨਾ ਦਿਖਾਈਏ ਅਤੇ ਨਾ ਦਿਖਾਊਗਾ। ਕੈਪਟਨ ਨੇ ਵੀ ਸੌਂਹ ਖਾਧੀ ਸੀ ਲੱਖੇ ਇੱਧਰ ਗੁਟਕਾ ਕਰ। ਨਹੀਂ ਨਹੀਂ, ਕੈਪਟਨ ਨਾਲ ਕਹਿੰਦਾ ਸ਼ੁਰੂ ਤੋਂ ਗਦਾਰੀਆਂ ਦੇਖ ਲਾ ਨਾ, ਖੂਨ 'ਚ ਗਦਾਰੀਆਂ ਨੇ ਕੈਪਟਨ ਨਾਲ ਕਹਿੰਦਾ, ਬਾਦਲਾਂ ਦੀਆਂ ਪਰਿਵਾਰ ਦੀਆਂ ਦੇਖ ਲਾ, ਕੈਪਟਨ ਪਰਿਵਾਰ ਦੀਆਂ ਦੇਖ ਲਾ, ਅਸੀਂ ਉਹਨਾਂ 'ਚੋਂ ਨਹੀਂ ਭਰਾਵਾ। ਜੇ ਅਸੀਂ ਅਹੁਦਿਆਂ ਤੱਕ ਸੀਮਤ ਹੁੰਦੇ ਤਾਂ ਸਾਰੀਆਂ ਧਿਰਾਂ ਹੀ ਹੱਥ ਖਿੱਚਦੀਆਂ ਸੀ ਵੀ ਆ ਜਾ, ਹੱਥ ਕੱਢਦੀਆਂ ਸੀ ਵੀ ਆ ਸਾਡੇ ਵੱਲੋਂ ਆਇਆ, ਸਾਡੇ ਵੱਲੋਂ ਆ ਜਾ। ਅੱਜ ਵੀ ਮੈਂ ਕਹਿੰਦਾ, ਮੈਂ ਬੜਾ ਆਪਣੇ ਅਸੂਲ 'ਤੇ ਸਪਸ਼ਟ ਹਾਂ ਕਿ ਮੈਂ ਜਿਵੇਂ ਮੈਂ ਵੋਟਾਂ 'ਚ ਗੱਲ ਬੋਲਦਾ ਹੁੰਦਾ ਸੀ, ਮੈਂ ਕਿਹਾ ਮੰਨ ਲਓ ਮੈਂ ਮੌੜ ਤੋਂ ਚੋਣ ਲੜੀ, ਮੈਂ ਇੱਕ ਗੱਲ ਕਹਿੰਦਾ ਹੁੰਦਾ ਸੀ ਭਾਈ ਜੇ ਕੱਲ੍ਹ ਨੂੰ ਤੁਸੀਂ ਕਹੋ ਵੀ ਅਸੀਂ ਲੱਖਾਂ ਸਿੰਘ ਤੇਰੇ ਮਗਰ ਜੋੜੇ ਤੜਾਏ ਆ, ਅਸੀਂ ਬਹੁਤ ਵੋਟਾਂ ਪਿੱਛੇ ਭੱਜ ਨੱਠ ਕੀਤੀ ਆ, ਅਸੀਂ ਪੈਸੇ ਵੀ ਖਰਚੇ ਆ ਪੱਲਿਓਂ, ਅਸੀਂ ਗਵਾਂਢੀਆਂ ਦੀ ਵੱਟ ਵਾਹ ਲਈ ਸਾਡਾ ਸਾਥ ਦੇ, ਮੈਂ ਕਿਹਾ ਮੇਰਾ ਜਵਾਬ ਅੱਜ ਤੋਂ ਹੀ ਆ, ਮੈਂ ਅੱਜ ਤੋਂ ਹੀ ਕਹਿ ਕੇ ਤੁਰਿਆ ਇਹ ਗੱਲ ਕਿ ਮੇਰਾ ਉਹ ਮਕਸਦ ਨਹੀਂ ਚਾਹੇ ਮੈਨੂੰ ਵੋਟ 1 ਪਵੇ, ਚਾਹੇ ਮੈਨੂੰ 50 ਪੈਣ, ਚਾਹੇ ਜਿੱਤਾਂ ਚਾਹੇ ਹਰਾਂ, ਪਰ ਅਸੂਲਾਂ ਤੋਂ ਪਾਸੇ ਗੱਲ ਨਹੀਂ। ਇਸ ਧਰਤੀ 'ਤੇ ਖੜ੍ਹ ਕੇ ਮੈਂ ਤਾਂ ਗੱਲ ਕਰ ਰਿਹਾ ਕਿ ਦੇਖੋ ਮੈਂ
ਇਹ ਕੁਛ ਕਰਨਾ ਹੁੰਦਾ ਤਾਂ ਬਹੁਤ ਸਮੇਂ ਦਾ ਪਹਿਲਾਂ ਦਾ ਹੀ ਮੈਂ ਜੁੜ ਕੇ ਕਿਸੇ ਨਾਲ ਕਰ ਲੈਂਦਾ ਜੇ ਮੈਨੂੰ ਅਹੁਦਿਆਂ ਦਾ ਕੋਈ ਲਾਲਚ ਹੁੰਦਾ ਜਾਂ ਮੈਂ ਕੋਈ MLA ਜਾਂ MP ਬਣਨਾ ਹੁੰਦਾ ਤਾਂ ਲੱਗੇ ਸਰ ਇਹ ਜਿਹੜੀ ਪੰਜਾਬ ਬਚਾਓ ਯਾਤਰਾ ਪੂਰੇ ਪੰਜਾਬ ਦੇ ਲਈ ਆ ਜਾਂ ਸਿਰਫ ਬਠਿੰਡਾ ਦੀ ਜਿਹੜੀ ਪੂਰਾ ਪੰਜਾਬ ਅਸੀਂ ਟਰਾਲੀਆਂ ਲੈ ਕੇ ਆ ਉਹਦੀਆਂ ਵਿੱਚ ਹੀ ਰਾਸ਼ਨ ਆ ਸਾਡੇ ਕੋਲ ਵਿੱਚ ਹੀ ਸਾਡੇ ਕੋਲ ਚੁੱਲ੍ਹੇ ਆ ਵਿੱਚ ਹੀ ਸਾਡੀਆਂ ਰਜਾਈਆਂ ਵਿੱਚ ਹੀ ਗੱਦੇ ਆ ਵਿੱਚ ਹੀ ਜਿੱਥੇ ਰਾਤ ਪੈ ਜਾ ਕੋਈ ਰੁਕ ਜਾ ਕਰਾਂਗੇ ਅਗਲੀ ਸਵੇਰ ਫਿਰ ਤੁਰ ਪਿਆ ਕਰਾਂਗੇ ਐਂ ਪਿੰਡ ਤੋਂ ਪਿੰਡ ਪਿੰਡ ਤੋਂ ਪਿੰਡ ਪਿੰਡ ਤੋਂ ਪਿੰਡ ਪੂਰੇ ਪਿੰਡਾਂ 'ਚ ਜਾਣਾ ਲੋਕਾਂ ਨਾਲ ਬੈਠ ਕੇ ਲੋਕਾਂ ਨੂੰ ਸੁਣਨੀਆਂ ਵੀ ਆ ਲੋਕਾਂ ਨੂੰ ਲੋਕਾਂ ਦੀਆਂ ਸੁਣਨੀਆਂ ਲੋਕਾਂ ਨੂੰ ਸੁਣਾਉਣੀਆਂ ਵੀ ਹੈ ਇਕੱਲਾ ਇਹ ਨਹੀਂ ਵੀ ਆਏ ਭਾਸ਼ਣ ਕੀਤਾ ਅਤੇ ਲੰਘ ਗਏ ਸੁਣਨਾ ਚਾਹੁੰਦੇ ਲੋਕਾਂ ਦੀ ਮਾਨਸਿਕਤਾ ਕਿੱਥੇ ਖੜੀ ਹੈ ਲੋਕਾਂ ਦੇ ਦਿਮਾਗ 'ਚ ਕੀ ਚੱਲ ਰਿਹਾ ਕਿਉਂਕਿ ਆਪਾਂ ਨੂੰ ਜਿਹੜੀ ਗੱਲ ਕਈ ਵਾਰੀ ਨਹੀਂ ਪਤਾ ਹੁੰਦੀ ਉਹ ਇੱਕ ਧੂਈ 'ਤੇ ਬੈਠੇ 70 ਸਾਲ ਦੇ ਬਾਬੇ ਨੂੰ ਪਤਾ ਹੁੰਦੀ ਹੈ ਇੱਕ 10 ਸਾਲ ਦੇ ਜਵਾਕ ਨੂੰ ਪਤਾ ਹੁੰਦੀ ਹੈ ਇੱਕ ਬਿਲਕੁਲ ਸਾਡੀ ਅਨਪੜ੍ਹ ਮਾਂ ਨੂੰ ਪਤਾ ਹੁੰਦੀ ਹੈ ਪਿੰਡਾਂ 'ਚ ਬੈਠੀ ਨੂੰ ਤਾਂ ਅਸੀਂ ਚਾਹੁੰਦੇ ਉਹਨਾਂ ਕੋਲ ਕੀ ਪਿਆ ਉਹ ਕੀ ਚਾਹੁੰਦੇ ਆ ਇਹਦਾ ਹੱਲ ਕੀ ਹੈ ਇਸ ਪੰਜਾਬ ਦਾ ਸੋ ਇਸ ਕਰਕੇ ਚੱਲੇ ਹਾਂ ਬਾਈ ਸੋ ਮੈਂ ਕਿਸੇ ਨੂੰ ਹੋਰ ਦੱਸ ਦਿੰਦਾ ਇਹ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਇਹ ਸਰਕਾਰ ਨੇ ਸਾਡੀ ਇਹ ਯਾਤਰਾ ਨੂੰ ਰੋਕਣ ਲਈ ਇਹ ਬਹੁਤ ਯਤਨ ਕਰਨਗੇ ਹੋ ਸਕਦਾ ਸਾਨੂੰ ਗ੍ਰਿਫਤਾਰ ਕਰ ਲਿਆ ਜਾਵੇ ਕਿਸੇ ਝੂਠੇ ਮੁਕੱਦਮੇ ਸਾਨੂੰ ਫਸਾ ਕੇ ਅੰਦਰ ਸੁੱਟ ਦਿੱਤਾ ਜਾਵੇ ਕਿਉਂਕਿ ਇਹ ਗੱਲਾਂ ਇਹ ਬਰਦਾਸ਼ਤ ਨਹੀਂ ਕਰਦੇ ਪਹਿਲਾਂ ਵੀ ਜਿੰਨੇ ਬੰਦੇ ਇੱਥੇ ਪੰਜਾਬ ਨੂੰ ਬਚਾਉਣ ਲਈ ਤੁਰੇ ਆ ਆਪਣੇ ਲੋਕਾਂ ਨੂੰ ਜਗਾਉਣ ਲਈ ਤੁਰੇ ਆ ਉਹ ਬੰਦੇ ਜਾਂ ਇਹਨਾਂ ਨੇ ਮਰਵਾਏ ਆ ਜਾਂ ਜੇਲ੍ਹਾਂ 'ਚ ਬੰਦ ਕਰਾਇਆ ਸੋ ਸਾਨੂੰ ਵੀ ਇਹ ਖਦਸ਼ਾ ਹੈਗਾ ਕਿ ਸਰਕਾਰ ਸਾਡੇ ਨਾਲ ਕੋਈ ਵੀ ਇਸ ਤਰ੍ਹਾਂ ਦਾ ਕੋਈ ਬੰਦੇ ਵਾੜ ਕੇ ਸਾਡੇ ਚਾਰ ਇਕੱਠ 'ਚ ਕੋਈ ਉੱਥੇ ਰੌਲਾ ਪਵਾ ਸਕਦੀ ਹੈ ਕੋਈ ਕਿਸੇ ਪ੍ਰਕਾਰ ਦਾ ਹਮਲਾ ਕਰਾ ਸਕਦੀ ਹੈ ਜਾਂ ਕਿਤੇ ਵੀ ਸਾਨੂੰ ਕੋਈ ਝੂਠੇ ਮੁਕੱਦਮੇ ਚੱਕ ਕੇ ਫੜ ਕੇ ਗ੍ਰਿਫਤਾਰ ਕਰਾ ਸਕਦੀ ਹੈ ਸੋ ਪੰਜਾਬ ਦੇ ਲੋਕੋ ਉਦੋਂ ਪ੍ਰਾਪੇਗੰਡਾ ਪ੍ਰਚਾਰ ਬਿਲਕੁਲ ਭਾਨੇ ਦੀ ਗੱਲ ਜਾਇਆ ਜਾ ਸੋਸ਼ਲ ਮੀਡੀਆ ਉੱਤੇ ਤਰ੍ਹਾਂ ਤਰ੍ਹਾਂ ਦਾ ਪ੍ਰਚਾਰ ਪ੍ਰਾਪੇਗੰਡਾ ਇਹਨਾਂ ਦੇ IT ਸੈੱਲ ਦੁਆਰਾ ਇਹਨਾਂ ਦੇ ਬੰਦਿਆਂ ਦੁਆਰਾ ਇਹ ਸਾਨੂੰ ਬਦਨਾਮ ਕਰਨ ਲਈ ਇਹ ਪ੍ਰਾਪੇਗੰਡਾ ਵੀ ਇਹ ਵਰਤਾਂਤ ਸਿਰਜਣ ਦੀ ਵੀ ਕੋਸ਼ਿਸ਼ ਕਰਨਗੇ ਪਰ ਮੈਂ ਲੋਕਾਂ ਨੂੰ ਅਪੀਲ ਕਰਦਾ ਵੀ ਜੇ ਸਰਕਾਰ ਇਹੋ ਜਿਹਾ ਹੱਥਕੰਡਾ ਅਪਣਾਉਂਦੀ ਹੈ ਸਾਨੂੰ ਫੜਨ ਵਾਲਾ ਅੰਦਰ ਸੁੱਟਣ ਵਾਲਾ ਇਹ ਲੋਕੋ ਤੁਸੀਂ ਤੈਅ ਕਰਨਾ ਕਿ ਤੁਸੀਂ ਘਰਾਂ 'ਚ ਬੈਠ ਕੇ ਤਮਾਸ਼ਾ ਦੇਖਣਾ ਨੇ ਪਹਿਲਾਂ ਵਾਲਾ ਆਪਾਂ ਦੇਖਿਆ ਘੁੱਟ ਕੇ ਫਿਰ ਸੜਕਾਂ ਦੇ ਬਾਹਰ ਆਓਗੇ ਇਹ ਤੁਸੀਂ ਫੈਸਲਾ ਕਰ ਲਓ ਨਹੀਂ ਉੜਨ ਵਾਲੇ ਤਾਂ ਥੋੜ੍ਹੇ ਹੀ ਬਚੇ ਆ ਤੁਸੀਂ ਗੱਲ ਕਿਹਾ ਵੀ ਖਦਸ਼ਾ ਇਸ ਚੀਜ਼ ਦਾ ਖਦਸ਼ਾ ਜਾਂ ਡਰ ਆ ਕਿ ਸਾਨੂੰ ਮਰਵਾ ਨਾ ਦੇਣ ਜੇਲ੍ਹਾਂ ਦੇ ਵਿੱਚ ਨਾ ਸੁੱਟ ਦੇਣ ਖਦਸ਼ਾ ਕਿ ਡਰ ਡਰ ਹੁੰਦਾ ਤਾਂ ਨਿਕਲਦੇ ਨਹੀਂ ਸੀ ਮੈਂ ਪਹਿਲਾਂ ਹੀ ਕਿਹਾ ਕੱਫਣ ਬੰਨ ਕੇ ਤੁਰੇ ਹਾਂ ਡਰ ਹੁੰਦਾ ਤਲੀ ਦੇ ਧਰਕੇ ਨਹੀਂ ਚੱਲਦੇ ਸੀ ਫਿਰ ਨਹੀਂ ਸੀ ਆਉਂਦੇ ਅਸੀਂ ਵੀ ਚੁੱਪ ਚਪੀਤੇ ਕੋਈ ਅੰਦਰ ਖਾਤੇ ਗੰਢ ਚੁੱਪ ਕਰ ਘਰੇ ਬੈਠੇ ਰਹਿੰਦੇ ਕੋਈ ਅਹੁਦਾ ਲੈ ਕੇ ਚੁੱਪ ਕਰ ਜਾਂਦੇ ਕੋਈ ਲਾਲਚ ਹੋਰ ਅਸੀਂ ਤੁਹਾਨੂੰ ਅਸੀਂ ਉਹਦੇ ਨਾਲ ਕੋਈ ਗੰਢ ਚੁੱਪ ਕਰ ਲੈਂਦੇ ਪਰ ਨਾ ਅਸੀਂ ਕਹਿੰਦੇ ਹਾਂ ਖਾਸ਼ਾ ਇਸ ਕਰਕੇ ਕਹਿੰਦੇ ਹਾਂ ਕਿ ਇਹ ਕਿਸੇ ਵੀ ਹੱਦ ਤੱਕ ਜਾ ਸਕਦੇ ਆ ਤੁਹਾਡੇ ਸਾਹਮਣੇ ਆ ਖਹਿਰੇ ਨਾਲ ਕੀ ਹੋਇਆ ਤੁਹਾਡੇ ਵਰਗੇ ਪੱਤਰਕਾਰਾਂ ਨਾਲ ਕੀ ਹੋਇਆ ਚੈਨਲ ਤੱਕ ਬੰਦ ਕਰਾ ਦੇ ਪੱਤਰਕਾਰ ਤੱਕ ਫੜ ਕੇ ਅੰਦਰ ਦੇਤੇ ਸੀਗੇ ਖਹਿਰੇ ਨਾਲ ਕੀ ਹੋ ਰਿਹਾ ਖਹਿਰੇ ਦੀ ਜ਼ਮਾਨਤ ਤੁਸੀਂ ਦੇਖ ਲਓ ਹੁਣ ਖਹਿਰੇ ਨੂੰ ਕਿੱਥੇ ਜੋੜਨ ਦੀ ਕੋਸ਼ਿਸ਼ ਕਰਿਆ ਖਹਿਰੇ ਨੂੰ ਜੋੜਨ ਦੀ ਕੋਸ਼ਿਸ਼ ਕਰਿਆ ਗੈਂਗਸਟਰਾਂ ਦੇ ਨਾਲ ਇਹ ਯਾਰ ਇਹ ਮੈਂ ਪੁੱਛਣਾ ਚਾਹੁੰਦਾ ਭੰਸਿਓ ਮਾਨ ਨੂੰ ਵੀ ਤੂੰ ਸਦਾ ਬੈਠਾ ਰਹੇਗਾ ਇੰਨਾ ਧੱਕਾ ਯਾਰ ਇੰਨਾ ਜ਼ੁਲਮ ਕਿ ਇੱਕ ਬੰਦੇ ਨੂੰ ਤੁਸੀਂ 3-3.5 ਮਹੀਨੇ ਪਹਿਲਾਂ ਝੂਠੇ ਮੁਕੱਦਮੇ ਅੰਦਰ ਰੱਖਿਆ ਫਿਰ ਲਿਆ ਕੇ ਇੱਕ ਗਵਾਹ ਨੂੰ ਡਰਾਉਣ ਦਾ ਮੁਕੱਦਮਾ ਹੋਰ ਦੇਤਾ ਹੁਣ ਪਤਾ ਲੱਗਿਆ ਗੱਲ ਸਾਹਮਣੇ ਆਈ ਹੈ ਵੀ ਖਹਿਰੇ ਦੇ ਸੰਬੰਧ ਕੋਈ ਜੱਗੂ ਭਗਵਾਨਪੁਰੀ ਇਹਨਾਂ ਕੋਈ ਲੋਰਥ ਬਸਨੋਈ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਨੇ ਇਹ ਪਤਾ ਹੀ ਨਹੀਂ ਕੀ ਤਾਂ ਅਸੀਂ ਖਾਸ਼ਾ ਯਾਰ ਕਰਦੇ ਸਾਡਾ ਪਤਾ ਨਹੀਂ ਕਿੱਥੇ ਲਿੰਕ ਜੋੜ ਦੇਣ ਪਤਾ ਨਹੀਂ ਪਾਕਿਸਤਾਨ ਨਾਲ ਜੋੜ ਦੇਣ ਪਤਾ ਨਹੀਂ ISI ਨਾਲ ਜੋੜ ਦੇਣ ਪਤਾ ਕਿਸੇ ਵੱਡੇ ਡਰੱਗ ਤਸਕਰ ਨਾਲ ਜੋੜ ਦੇਣ ਪਤਾ ਨਹੀਂ ਕਿਸੇ ਗੈਂਗਸਟਰ ਨਾਲ ਜੋੜ ਦੇਣ ਤੁਸੀਂ ਖਾਸੇ ਦੀ ਗੱਲ ਕਰ ਦਿਓ ਇੱਕ ਚਰਚੇ ਇਹ ਵੀ ਹੈ ਕਿ ਜਦੋਂ ਲੁਧਿਆਣੇ ਕੱਟ ਸੀ ਤਾਂ ਲੱਖੇ ਨੂੰ ਘਰੇ ਡਿਟੇਨ ਕੀਤਾ ਗਿਆ ਉਹ ਲੱਖੇ ਦੀ ਮਿਲੀ ਭੁਗਤਣਾ ਸੀ ਹੁਣ ਵੀ ਤੁਹਾਨੂੰ ਕਿਤੇ ਚੱਕ ਲਿਆ ਕਿਤੇ ਇਹ ਤਾਂ ਨਹੀਂ ਵੀ ਸਾਰਾ ਸਪੌਂਸਰ ਆ ਆਪ ਸਪੌਂਸਰ ਆ ਇਹ ਵੀ ਇੱਕ ਚਰਚਾ ਚੱਲ ਰਹੀ ਮੈਨੂੰ ਚੱਕ ਕੇ ਜੇਲ੍ਹ 'ਚ ਜਾਣਾ ਮੈਨੂੰ ਲੱਗਦਾ ਕੋਈ ਬੰਦਾ ਇਹ ਚਾਹੂਗਾ ਮੈਨੂੰ ਚੱਕ ਕੇ ਜੇਲ੍ਹ 'ਚ ਦੇ ਦਿਓ ਜਾਂ ਮੈਂ ਉਹਨੂੰ ਕੋਈ ਫੁੱਲਾਂ ਦੀ ਵਰਖਾ ਕਰਦਾ ਭਵੰਤ ਦੇ ਉੱਤੇ ਮੇਰਾ ਉਹਨੇ ਅੰਦਰ ਖਾਤੇ ਕੋਈ ਸੈਟਿੰਗ ਆ ਜਿੰਨੇ ਠੋਕ ਕੇ ਅੱਜ ਦਾ ਨਹੀਂ ਜਿਵੇਂ ਸਰਕਾਰ ਬਣੀ ਹੈ ਉਸੇ ਦਿਨ ਤੋਂ ਲੈ ਕੇ ਜਿੱਦੇ ਮੈਂ ਭਵੰਸਿਓ ਨੂੰ ਮਿਲ ਕੇ ਆਇਆ ਜਦੋਂ ਕੋਈ ਮਸਲੇ ਹੱਲ ਨਹੀਂ ਕੀਤੇ ਦੱਸੋ 1.5 ਸਾਲ ਤੋਂ ਬਾਅਦ ਸਭ ਤੋਂ ਵੱਧ ਖੁੰਬ ਕਿਹਨੇ ਠੱਪੀ ਆ ਬੋਲਿਆ ਕੌਣ ਹੈ
ਮੁੱਦਿਆਂ 'ਤੇ ਬੋਲਿਆ ਕੌਣ ਹੈ? ਬੋਲਿਆ ਕੋਈ? ਸਾਰੇ ਅੰਦਰ ਖਾਤੇ ਜਿਹੜੇ ਬੋਲਣ ਵਾਲੇ ਆਪਣੇ ਆਪ ਨੂੰ ਖੱਬੀ ਖਾਣ ਕਹਾਉਂਦੇ ਸੀ, ਚੁੱਪ ਕਰ ਗਏ ਸਮਝੌਤੇ ਕਰਕੇ। ਦੱਸ ਦਿਓ ਫਿਰ ਤਾਂ ਮੈਂ ਮੰਨ ਲਾ ਲੋਕਾਂ ਦੇ ਮਨ ਗੱਲ ਜਾਵੇ ਗੱਲ ਵੀ ਠੀਕ ਆ, ਲੱਖਾਂ ਅੰਦਰ ਖਾਤੇ ਸਮਝੌਤੇ ਕਰਕੇ ਚੁੱਪ ਕਰ ਗਿਆ ਭਾਈ। ਤੁਸੀਂ ਦੱਸੋ ਮੈਂ ਕਿਹੜੀ ਗੱਲ 'ਤੇ ਪੰਜਾਬ 'ਚ ਜੋ ਜੋ ਪੰਜਾਬ ਨਾਲ ਹੋ ਰਿਹਾ ਧੱਕਾ, ਜੋ ਜੋ ਭਵੰਤ ਕਰ ਰਿਹਾ ਪੰਜਾਬ ਦੇ ਨਾਲ, ਉਹ ਕਿਹੜੀ ਗੱਲ ਆ ਜਿਹੜੀ ਮੈਂ ਲੋਕਾਂ ਨੇ ਸਾਹਮਣੇ ਰੱਖੀ? ਇਹ ਵੀ ਇੱਕ ਚਰਚਾ ਵੀ ਜੇ ਤੁਸੀਂ ਜਿਵੇਂ ਬਠਿੰਡਾ ਤੋਂ ਖੜ੍ਹੇ ਹੁੰਦੇ ਹੋ, ਵੋਟ ਹੈ ਜਿਹੜੀ ਉਹ ਸਰਕਾਰ ਵਿਰੋਧੀ ਯਾਨੀ ਕਿ ਗੁੱਸੇ ਵਾਲੀ ਵੋਟ ਆ, ਉਹ ਵੰਡੀ ਜਾਊਗੀ ਤਿੰਨ ਪਾਰਟੀਆਂ ਜਾਂ ਤੁਹਾਡੇ ਵਿੱਚ ਵੀ, ਅਤੇ ਸਰਕਾਰ ਨੂੰ ਫਿਰ ਫਾਇਦਾ ਹੋ ਜਾਣਾ ਉਹ ਚੀਜ਼ ਦਾ? ਨਹੀਂ ਆਪਾਂ ਇਹ ਹਰ ਵਾਰੀ ਇਹ ਕਿਉਂ ਸੋਚਦੇ ਹਾਂ ਵੀ ਆਹ ਖੜ੍ਹਾ ਹੋ ਗਿਆ ਆਹ ਫਾਇਦਾ ਹੋਜੂ, ਆਹ ਖੜ੍ਹਾ ਹੋ ਗਿਆ ਆਹ ਫਾਇਦਾ ਹੋਜੂ? ਇੱਥੇ ਮੈਂ ਮੌੜ ਤੋਂ ਚੋਣ ਲੜੀ, ਇੱਥੇ ਬਾਦਲ ਦਲ ਤੋਂ ਖੜ੍ਹੇ ਸੀਗੇ ਜਮੀਤ ਸਿੰਘ ਬਰਾੜ, ਮੈਨੂੰ ਉਹਨਾਂ ਦੇ ਬੰਦੇ ਮਿਲਿਆ ਕਰਨ ਜਿਹੜੇ ਉਹਨਾਂ ਦੀ ਪਾਰਟੀ ਦੇ ਸੀ, ਲੈ ਬਾਈ ਤੇਰੇ ਨਾਲ ਸਾਨੂੰ ਫਾਇਦਾ ਬਹੁਤ ਹੋ ਗਿਆ। ਮੈਂ ਕਿਵੇਂ? ਕਹਿੰਦੇ ਤੂੰ ਖੜ੍ਹਾ ਹੋ ਗਿਆ, ਤੂੰ ਆਮ ਆਦਮੀ ਪਾਰਟੀ ਦੀ ਵੋਟ ਤੋੜ ਦੇਗਾ, ਸਾਡੀ ਵੋਟ ਪੱਕੀ ਅਸੀਂ ਜਿੱਤੇ ਪਏ ਹਾਂ। ਮੈਨੂੰ ਭਾਈ 29,000 ਵੋਟ, ਜਮੀਤ ਬਰਾੜ ਨੂੰ ਭਾਈ 20,000, ਕਾਂਗਰਸ ਨੂੰ ਭਾਈ 15,000। ਇਹ ਅਸੀਂ ਇਹ ਵਾਰੀ ਕਿਉਂ ਜੋੜ ਤੋੜ ਲਾਉਂਦੇ ਹੁੰਦੇ? ਫਲਾਨਾ ਬੰਦਾ ਫਲਾਨੇ ਨੂੰ ਨੁਕਸਾਨ ਦੂ ਫਲਾਨਾ। ਮੈਂ ਦੇਖੋ ਚੋਣ ਲੜ ਰਿਹਾ, ਮੇਰਾ ਐਲਾਨ ਆ ਮੈਂ ਚੋਣ ਇਸ ਕਰਕੇ ਲੜ ਰਿਹਾ, ਮੈਂ ਇਕੱਲਾ ਨਹੀਂ, ਮੈਂ ਚਾਹੁੰਦਾ ਪੰਜਾਬ ਦੇ ਹੋਰ ਪੰਜਾਬ ਦਰਦੀ ਲੋਕ ਵੀ ਚੋਣ ਲੜਨ। ਸਾਡੀ ਗੱਲ ਜਿਹੜੀ ਅਸੀਂ ਇੱਥੇ ਬੋਲਦੇ ਫਿਰਦੇ ਹਾਂ, ਪਿੰਡਾਂ 'ਚ ਤੁਹਾਡੇ ਕੋਲ ਬੋਲਦੇ ਹਾਂ, ਇਹ ਗੱਲ ਸਾਡੀ ਲੋਕ ਸਭਾ 'ਚ ਜਾ ਕੇ ਉੱਠੇ। ਜਦੋਂ ਲੋਕ ਸਭਾ 'ਚ ਗੱਲ ਸਾਡੀ ਉੱਠੂਗੀ ਤਾਂ ਹੋਰ ਸੂਬਿਆਂ ਦੇ ਜਿਹੜੇ MP ਬੈਠੇ ਹੁੰਦੇ ਨੇ, ਸਾਡੀ ਗੱਲ ਉਹਨਾਂ ਤੱਕ ਵੀ ਜਾਊਗੀ, ਉਹ ਰਿਕਾਰਡ ਵੀ ਹੁੰਦੀ ਹੈ ਗੱਲ, ਉਹਦੇ ਕੋਈ ਕਾਰਵਾਈ ਅਮਲ ਵੀ ਹੁੰਦਾ ਜੋ ਸਰਕਾਰ ਦੇ ਧਿਆਨ 'ਚ ਆਉਂਦੀਆਂ ਨੇ ਗੱਲਾਂ। ਇਸ ਕਰਕੇ ਕਹਿੰਦਾ ਚੰਗੇ ਬੰਦੇ ਆਵਾਜ਼ ਉਠਾਉਣ ਵਾਲੇ। ਹੁਣ ਆਪਾਂ ਗੱਲ ਕਰਦੇ ਹਾਂ, ਆਪਾਂ ਕਹਿੰਦੇ ਹਾਂ ਇਕੱਲਾ ਕੀ ਕਰ ਦੂਗਾ, ਅਤੇ ਭਵੰਤ ਇਕੱਲਾ ਹੀ MP ਬਣ ਕੇ ਜਾਂਦਾ ਰਿਹਾ। ਜੋ ਭਵੰਤ ਨੇ ਕੀਤਾ, ਆਪਾਂ ਅੱਜ ਮੈਂ ਹਿੱਕ ਠੋਕ ਕੇ ਕਹਿਣਾ, ਜੋ ਭਵੰਤ ਨੇ ਉਹਨਾਂ ਸਮਿਆਂ ਦੇ ਵਿੱਚ ਪੰਜਾਬ ਲਈ ਬੋਲਿਆ, ਪੰਜਾਬ ਦੇ ਮੁੱਦੇ ਲੋਕ ਸਭਾ 'ਚ ਉਠਾਏ, ਤਾਂ ਲੋਕ ਜਾਗਰੂਕ ਹੋਏ ਕਿ ਨਹੀਂ ਹੋਏ? ਇਸੇ ਕਰਕੇ ਭਵੰਤ ਦੇ ਉੱਤੇ ਲੋਕਾਂ ਦਾ ਵਿਸ਼ਵਾਸ ਵਧਿਆ, ਪਰ ਉਹ ਲੋਕਾਂ ਨਾਲ ਵਿਸ਼ਵਾਸ ਘੱਤ ਫਿਰ ਭਵੰਤ ਨੇ ਉਸਨੇ ਕੀਤਾ ਕੁਰਸੀ ਲੈ ਕੇ ਮੁੱਖ ਮੰਤਰੀ ਬਣ ਕੇ। ਇਸ ਕਰਕੇ ਸਾਡੇ ਮੈਂ ਕਹਿੰਦਾ ਇਕੱਲੇ ਇੱਥੋਂ ਨਹੀਂ, 14 ਦੇ 14 ਥਾਵਾਂ ਤੋਂ ਵਿੱਚੇ ਚੰਡੀਗੜ੍ਹ ਚੰਗੇ ਬੰਦੇ ਚੁਣ ਕੇ ਪੰਜਾਬ ਦੇ ਲੋਕੋਂ ਭੇਜੋ। ਪਰ ਲੱਖਾ ਕਿਹੜੀ ਝੰਡੇ ਹੇਠ ਲੜੂਗਾ? ਲੱਖੇ ਦਾ ਆਪਣਾ ਝੰਡਾ, ਆਪਣਾ ਝੰਡਾ, ਲੱਖੇ ਦਾ ਝੰਡਾ ਪੰਜਾਬ ਹੈ, ਪੰਜਾਬੀਅਤ ਆਪਣੀ ਧਰਤੀ, ਆਪਣੀ ਬੋਲੀ, ਆਪਣੇ ਲੋਕ ਨੇ। ਜੀ ਬਹੁਤ ਬਹੁਤ ਧੰਨਵਾਦ।